ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਬੀਤੀ ਰਾਤ ਜਿਹੜਾ ਇੱਕ ਭਿਆਨਕ ਦਰਦਨਾਕ ਜਿਹੜਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਦਈਏ, ਇਹ ਵੈਗਨਾਰ ਕਾਰ ਹੈ ਜਿਸ ਦੀ ਬੀਤੀ ਰਾਤ ਜਿਹੜਾ ਹਾਦਸਾ ਇਸ ਰੋਡ 'ਤੇ ਵਾਪਰਿਆ ਹੈ। ਕਿਹਾ ਜਾ ਰਿਹਾ ਕਿ ਇਹ ਜਲਾਲਾਬਾਦ ਦੀ ਪਾਸਿਓਂ ਜਿਹੜੀ ਇਹ ਫਾਜ਼ਿਲਕਾ ਵੱਲ ਆ ਰਹੀ ਸੀਗੀ ਕਾਰ, ਇਸ ਦੌਰਾਨ ਜਿਹੜਾ ਇੱਕ ਕੈਂਟਰ ਦੇ ਨਾਲ ਜਿਹੜੀ ਇਸ ਕਾਰ ਦੀ ਜਿਹੜੀ ਟੱਕਰ ਹੋ ਜਾਂਦੀ ਹੈ। ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਸੜਕ ਹਾਦਸਾ ਜਿਹੜਾ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਪਿੰਡ ਜੱਟ ਵਾਲੀ ਦੇ ਨੇੜੇ ਵਾਪਰਿਆ। ਇਹ ਕੈਂਟਰ ਹੈ ਜਿਸ ਦੇ ਨਾਲ ਇਹ ਕਾਰ ਦੀ ਟੱਕਰ ਹੋਈ ਹੈ, ਅਤੇ ਕਾਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਾਰ ਚੱਕਣਾ ਚੂਰ ਹੋ ਗਈ ਹੈ, ਬਿਲਕੁਲ ਪੂਰੀ ਤਰ੍ਹਾਂ ਜਿਹੜੀ ਇਹ ਕਾਰ ਖਤਮ ਹੋ ਚੁੱਕੀ ਹੈ। ਬੀਤੀ ਰਾਤ ਦਾ ਜਿਹੜਾ ਇਹ ਹਾਦਸਾ ਦੱਸਿਆ ਜਾ ਰਿਹਾ ਹੈ, ਭਿਆਨਕ ਹਾਦਸੇ ਦੀਆਂ ਜਿਹੜੀਆਂ ਤਸਵੀਰਾਂ ਇਹ ਫਾਜ਼ਿਲਕਾ ਫਿਰੋਜ਼ਪੁਰ ਰੋਡ ਦੀਆਂ ਨੇ, ਇਹ ਪਿੰਡ ਜੱਟ ਵਾਲੀ ਦੀਆਂ। ਇਹ ਕਿਹਾ ਜਾ ਰਿਹਾ ਕਿ ਪਿੱਛੇ ਜੋ ਇੱਕ ਪਹਿਲਾਂ ਕੱਲ੍ਹ ਜਿਹੜਾ ਇੱਕ ਹਾਦਸਾ ਜਿਹੜਾ ਇੱਕ ਵਾਪਰਿਆ ਸੀਗਾ, ਜਿਸ ਵਿੱਚ ਜਿੱਥੇ ਇਹ ਜਿਹੜਾ ਹੈ ਇੱਕ ਟਰਾਲਾ ਘੋੜਾ ਟਰਾਲਾ ਦਰਖਤ ਨਾਲ ਟਕਰਾਇਆ ਸੀ, ਅਤੇ ਉਸ ਵਿੱਚ ਡਰਾਈਵਰ ਦੀ ਮੌਤ ਹੋਈ ਸੀਗੀ, ਅਤੇ ਉਸਦਾ ਜਿਹੜੇ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਉਹ ਉਸ ਥਾਂ 'ਤੇ ਜਿਹੜੀ ਇਹ ਗੱਡੀ ਇੱਕ ਸਮਾਨ ਲੋਡ ਕਰ ਰਹੀ ਸੀਗੀ, ਸੀਮਟ ਦੇ ਭਰੇ ਹੋਏ ਜਿਹੜੇ ਕੈਂਟਰ ਨੂੰ ਖਾਲੀ ਕਰ ਰਹੀ ਸੀਗੀ, ਅਨਲੋਡ ਕਰ ਰਹੀ ਸੀ, ਅਤੇ ਇਸ ਦੌਰਾਨ ਜਿਹੜਾ ਇਹ ਹਾਦਸਾ ਜਿਹੜਾ ਇਹ ਵਾਪਰਦਾ ਹੈ। ਇਹ ਤਸਵੀਰਾਂ ਕੱਲ੍ਹ ਦੀਆਂ ਨੇ, ਇਹ ਕੱਲ੍ਹ ਇਸ ਥਾਂ ਦੇ ਉੱਪਰ ਜਿਹੜਾ ਇਹ ਹਾਦਸਾ ਵਾਪਰਿਆ ਸੀਗਾ, ਇਹ ਇੱਕ ਘੋੜਾ ਟਰਾਲਾ ਜਿਹੜਾ ਦਰਖਤ ਨਾਲ ਟਕਰਾ ਗਿਆ ਸੀ, ਅਤੇ ਬੜੀ ਮੁਸ਼ਕਲ ਤੋਂ ਬਾਅਦ, ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਇਸ ਵਿੱਚੋਂ ਬਾਹਰ ਕੱਢਿਆ ਗਿਆ ਸੀਗਾ। ਉਸੇ ਹੀ ਥਾਂ 'ਤੇ ਇਹ ਦੂਸਰਾ ਹਾਦਸਾ ਜਿਹੜਾ ਬੀਤੀ ਰਾਤ ਵਾਪਰਿਆ, ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਥਾਂ ਹੈ ਜਿਸ ਥਾਂ ਦੇ ਉੱਪਰ ਇਹ ਦੂਸਰਾ ਹਾਦਸਾ ਵਾਪਰਿਆ। ਦੋ ਵਾਹਨ ਟਕਰਾਏ ਨੇ, ਕਾਰ ਦੀ ਗੱਲ ਕਰ ਲਈਏ, ਕੈਂਟਰ ਦੀ ਗੱਲ ਕਰ ਲਈਏ, ਇਹ ਦੋ ਵਾਹਨ ਨੇ। ਇਸ ਵਿੱਚ ਕਿਹਾ ਜਾ ਰਿਹਾ ਇਹ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸੀਗੇ, ਜਿਨ੍ਹਾਂ 'ਚ ਦੋ ਦੀ ਮੌਤ ਹੋ ਗਈ ਹੈ, ਇੱਕ ਜਿਹੜਾ ਫੱਟੜ ਹੈ ਜਿਸ ਨੂੰ ਬਾਹਰ ਰੈਫਰ ਕੀਤਾ ਗਿਆ ਹੈ, ਦੂਜੇ ਪਾਸੇ ਕੈਂਟਰ ਚਾਲਕ ਵੀ ਜਿਹੜਾ ਹੈ ਜ਼ਖਮੀ ਦੱਸਿਆ ਜਾ ਰਿਹਾ ਹੈ, ਉਹ ਵੀ ਉਹਦੇ ਵੀ ਜਿਹੜੇ ਹਾਲਾਤ ਜਿਹੜੇ ਨੇ ਨਾਜ਼ੁਕ ਦੱਸੇ ਜਾ ਰਹੇ ਨੇ। ਕੀਤੇ ਹਾਲਾਤ ਜਿਹੜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ, ਜਿਹੜੀ ਭਿਆਨਕ ਦਰਦਨਾਕ ਜਿਹੜਾ ਹਾਦਸਾ ਇਸ ਥਾਂ 'ਤੇ ਵਾਪਰਿਆ। ਗੱਲਬਾਤ ਕਰਦੇ ਹਾਂ ਵੀਰ ਜੀ, ਕੀ ਨਾਂ ਹੈ, ਕਿੱਦਾਂ ਇਹ ਹਾਦਸਾ ਵਾਪਰਿਆ? ਸਿਮਰਨਜੀਤ ਸਿੰਘ ਨਾਮ ਜੀ ਮੇਰਾ। ਇਹ ਭਾਅ ਜੀ 12 ਵਜੇ ਮਤਲਬ ਹੋਇਆ ਐਕਸੀਡੈਂਟ, ਅਤੇ ਗੱਡੀ ਜਲਾਲਾਬਾਦ ਆ ਰਹੀ ਸੀ, ਅਤੇ ਸਿੱਧੀ ਮਤਲਬ ਕਿ ਇੱਥੇ ਇਹ ਲੋਡ ਕਰਦੇ ਪਏ ਸੀਮੈਂਟ ਟਰਾਲੇ 'ਚ, ਉਹਦੇ ਨਾਲ ਸਿੱਧਾ ਕਿ ਟੱਕਰ ਉਹਦੇ ਨਾਲ ਹੋਈ ਹੈ, ਉੱਥੇ ਉਹਦੇ ਨਾਲ ਵੱਜ ਕੇ ਗੱਡੀ ਸਿੱਧੀ ਘੋੜੇ ਥੱਲੇ ਜਾ ਵੜੀ, ਇਸ ਕਰਕੇ ਇਹ ਬਾਜੀ ਹਾਦਸਾ ਹੋਇਆ। ਕਿੰਨੇ ਕੁ ਲੋਕ ਸਵਾਰ ਸੀ ਇਹਦੇ 'ਚ? ਭਾਅ ਜੀ 3 ਜਣੇ ਦੱਸੇ ਜਾ ਰਹੇ ਨੇ। ਹਾਂਜੀ, ਅੱਛਾ ਕਿੰਨੇ ਫੱਟੜ ਕਿੰਨੇ ਹੋਏ? ਫੱਟੜ ਭਾਅ ਜੀ 1 ਜਣਾ ਜੀ, ਜ਼ਖਮੀ ਮਤਲਬ ਵੀ ਨਾਜ਼ੁਕ, ਉਹਦੀ ਹਾਲਤ ਬੜੀ ਗੰਭੀਰ ਆ, ਮੁਸ਼ਕਲ ਹੀ ਹੁੰਦਾ। ਡੈਥ 2 ਜਣਿਆਂ ਦੀ। ਹਾਂਜੀ, ਕੀ ਕਾਰਨ ਕੀ ਸਮਝਦੇ ਹੋ? ਕਾਰਨ ਇਹ ਹੈ ਜੀ ਵੀ ਜਿਹੜਾ ਸੜਕ ਦੇ ਉੱਤੇ ਗੱਡੀ ਲੋਡ ਕਰਦੇ ਸੀਗੇ ਰਾਤ ਨੂੰ, 12 ਦਾ ਟਾਈਮ ਸੀਗਾ, ਕਿਤੇ ਇਹ ਵਿਚਾਰੇ ਕਿੱਧਰ ਉੱਧਰੋਂ ਆਏ ਆ, ਨਹੀਂ ਪਤਾ ਲੱਗਿਆ, ਪਹਿਲਾਂ ਕੈਂਟਰ ਨਾਲ ਕਾਰ ਟਕਰਾਈ ਇਹਨਾਂ ਦੀ, ਕੈਂਟਰ ਤੋਂ ਵੱਜ ਕੇ ਫਿਰ ਇੱਧਰ ਹੋਈ ਹੈ, ਅਤੇ ਜਿਹਦੇ ਕਾਰਨ ਇਹਨਾਂ ਦੀ 2 ਜਣਿਆਂ ਦੀ ਮੌਤ ਹੋ ਗਈ, ਇੱਕ ਜ਼ਖਮੀ ਪਿਆ, ਕੈਂਟਰ ਚਾਲਕ ਵੀ ਜ਼ਖਮੀ ਪਿਆ, ਫਰੀਦਕੋਟ ਰੈਫਰ ਪਿਆ ਐਟਮ। ਇਹ ਮਤਲਬ ਇਸ ਵਜ੍ਹਾ ਕਰਕੇ ਇਹ ਐਕਸੀਡੈਂਟ ਹੋਇਆ। ਕਿੰਨੇ ਲੋਕ ਵਾਹਨ ਕਿੰਨੇ ਸੀਗੇ? 3 ਵਾਹਨਾਂ ਦਾ? ਇਹ 3 ਵਾਹਨ, ਇਹ ਕੱਲ੍ਹ ਦਾ ਸੀਗਾ, ਦੂਜਾ ਵਾਹਨ ਜੋ ਘੋੜਾ ਟਰਾਲਾ ਉਹ ਕੱਲ੍ਹ ਦਾ ਸੀਗਾ, ਇਹ ਰਾਤ ਦਾ ਸੀਗਾ। ਹਾਂਜੀ, ਇਹ ਰਾਤ ਸੀਗਾ 12 ਵਜੇ ਦਾ। ਹਾਂਜੀ, ਇਹ ਕਿਹੜੀ ਥਾਂ ਕਿਹੜੀ ਹੈ ਜੀ? ਇਹ ਲਾਲੋਵਾਲੀ ਪਿੰਡ ਹੈ। ਹਾਂਜੀ, ਜਿਹੜੇ ਬੰਦਿਆਂ ਦੀ ਮੁੰਡਿਆਂ ਦੀ ਡੈਥ ਹੋਈ ਉਹ ਕਿੱਥੋਂ ਦੇ? ਇਹ ਦੱਸ ਰਹੇ ਹੈ ਜੀ ਕੋਈ ਝੋਟਿਆਂ ਵਾਲੇ ਦਾ ਪਿੰਡ ਹੈ, ਇੱਧਰ ਜਾਂਡਾਲਾ ਦਾ, ਉੱਧਰ ਦੇ ਮੁੰਡੇ ਹੈ। ਹਾਂਜੀ ਹਾਂਜੀ, ਕੋਈ ਰਾਤ ਨੂੰ ਇੱਧਰੋਂ ਆ ਰਹੇ ਸੀ ਆਪਦਾ ਕੰਮ ਧੰਦਾ ਕਰਕੇ ਕੋਈ, ਅਤੇ ਇੱਥੇ ਆ ਕੇ ਵਿਚਾਰਿਆਂ ਦਾ ਕੋਈ ਇਹ ਹਾਦਸਾ ਫਿਰ ਵਾਪਰ ਗਿਆ।
ਬਿਲਕੁਲ ਜੀ, ਜਿਹੜਾ ਇਹ ਬੀਤੀ ਰਾਤ 12 ਵਜੇ ਦੇ ਕਰੀਬ ਦਾ ਜਿਹੜਾ ਹਾਦਸਾ ਦੱਸਿਆ ਜਾ ਰਿਹਾ ਹੈ, ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜੀ ਹੈ ਕਾਰ ਚਕਨਾ ਚੂਰ ਹੋ ਗਈ ਹੈ, ਖਤਮ ਹੋ ਚੁੱਕੀ ਹੈ। ਉੱਧਰ ਦੂਜੇ ਪਾਸੇ ਜੇ ਕੈਂਟਰ ਦੀ ਵੀ ਗੱਲ ਕਰ ਲਈਏ ਤਾਂ ਕੈਂਟਰ ਦੇ ਵੀ ਜਿਹੜੀ ਇਹ ਹਾਲਾਤ ਜਿਹੜੇ ਨੇ ਮਾੜੇ ਨੇ ਅਤੇ ਉਹ ਜਿਹੜੇ ਕੈਂਟਰ ਦੇ ਜਿਹੜਾ ਚਕਨਾ ਚੂਰ ਹੋ ਗਿਆ, ਭਿਆਨਕ ਟੱਕਰ ਜਿਹੜੀ ਹੈ ਹੋਈ ਹੈ। ਕਿਹਾ ਜਾ ਰਿਹਾ ਕਿ ਉਸ ਕੱਲ ਜੋ ਹਾਦਸਾ ਹੋਇਆ ਸੀਗਾ ਉਸੇ ਥਾਂ 'ਤੇ ਦੂਸਰਾ ਹਾਦਸਾ ਜਿਹੜਾ ਬੀਤੀ ਰਾਤ ਜਿਹੜਾ ਹੋਇਆ ਹੈ। ਨੌਜਵਾਨ ਜਿਹੜਾ ਹੈ ਇੱਧਰੋਂ ਆ ਰਹੇ ਸੀਗੇ ਕਾਰ ਦੇ 'ਚ, ਪਹਿਲਾਂ ਕਾਰ ਜਿਹੜੀ ਇਹ ਇਸ ਕੈਂਟਰ ਦੇ ਨਾਲ ਟਕਰਾਉਂਦੀ ਹੈ ਜੋ ਦੱਸਿਆ ਜਾ ਰਿਹਾ, ਉਸ ਤੋਂ ਬਾਅਦ ਜਿਹੜਾ ਉਹ ਇੱਕ ਜਿਹੜਾ ਸਮਾਨ ਜਿਹੜਾ ਉੱਥੋਂ ਅਨਲੋਡ ਕਰ ਰਿਹਾ ਸੀਗਾ ਉਸ ਟਰੱਕ ਨੂੰ, ਉਹ ਉਸਦੇ 'ਚ ਦੂਸਰੇ ਸਮਾਨ ਜਿਹੜਾ ਲੱਦਿਆ ਜਾ ਰਿਹਾ ਸੀਗਾ, ਸੀਮਿੰਟ ਭਰਿਆ ਜਾ ਰਿਹਾ ਸੀਗਾ ਦੂਸਰੇ ਟਰੱਕ 'ਚ, ਉਸ ਨਾਲ ਜਿਹੜਾ ਟਕਰਾਈ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ ਦਰਦਨਾਕ ਜਿਹੜਾ ਇਹ ਹਾਦਸਾ ਜਿਹੜਾ ਵਾਪਰਿਆ, ਜਿਹਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਜਾਨ ਜਿਹੜੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ, ਅਤੇ ਦੂਜੇ ਪਾਸੇ ਦੋ ਲੋਕ ਜਿਹੜੇ ਜ਼ਖਮੀ ਨੇ। ਕਿਹਾ ਜਾ ਰਿਹਾ ਕਿ ਇਸ ਦਰਦਨਾਕ ਹਾਦਸੇ ਤੋਂ ਬਾਅਦ ਜਿਹੜਾ ਉਹਨਾਂ ਜਿਹੜਾ ਪਿੰਡ ਦੇ ਅੰਦਰ ਸ਼ੋਕ ਦੀ ਲਹਿਰ ਹੈ। ਫਿਲਹਾਲ ਪੁਲਿਸ ਨੇ ਮਾਮਲਾ ਜਿਹੜਾ ਇਸ ਹਾਦਸੇ ਦੀ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੇ ਲਈ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਰਖਾਈਆਂ ਗਈਆਂ ਨੇ। ਮਾਮਲਾ ਗੱਡੀ ਵੱਜੀ ਤਾਂ ਸੁੱਤੇ ਪਏ ਸੀ, ਸਾਨੂੰ ਫੋਨ ਆਇਆ ਸੀ ਤਾਂ ਜਲਦਬਾਜ਼ੀ 'ਚ ਗਏ ਉੱਥੇ। ਉੱਥੇ ਜਾਣ ਸਾਰ ਵੇਖਿਆ 3-4 ਗੱਡੀਆਂ ਇੱਕ ਦੂਜੇ 'ਚ ਢੁੱਕੀਆਂ ਪਈਆਂ ਸੀ। ਇਹ ਲਾਲੋ ਵਾਲੀ ਮੋੜ 'ਤੇ ਪੈਟਰੋਲ ਪੰਪ ਦੇਖਲੇ ਪਾਸੇ, ਇੱਥੇ ਕਿੰਨੇ ਨੇ ਸੀਮਿੰਟ ਦਾ ਟਰਾਲਾ ਪਹਿਲਾਂ ਪਲਟਿਆ ਸੀ ਉੱਥੇ ਕਰਕੇ। ਇਹ ਸਾਨੂੰ ਤਾਂ 12:15 ਵਜੇ ਮੈਨੂੰ ਉਠਾਇਆ ਨੇ ਦਿਨੇ, ਮੈਂ ਤਾਂ ਕੰਮ ਕਾਰ ਕਰਦਾ ਹੁੰਦਾ, ਮੈਨੂੰ ਜਾ ਗਈ ਇਸ ਜਲਦਬਾਜ਼ੀ 'ਚ। ਫਿਰ ਗਏ ਚਾਚਾ ਤਾਂ ਮੈਂ ਮੋਟਰਸਾਈਕਲ ਚੱਕਿਆ, ਚਾਚੀ ਹੋਰੀ ਵੀ ਗਏ, ਉਹਨਾਂ ਦਾ ਲੜਕਾ ਵੀ ਗਿਆ, ਉਹ ਅੱਗੇ ਚਲੇ ਗਏ ਸੀ, ਫਿਰ ਬਾਅਦ 'ਚ ਗਏ ਪਿੱਛੇ ਉਵੇਂ ਕਾਲਾਂ ਕਾਲਾਂ ਦੀ ਮੋਟਰਸਾਈਕਲ ਕੱਢੇ ਜਲਦਬਾਜ਼ੀ 'ਚ, ਉੱਧਰ ਗਏ ਚਲੇ ਸੀ। ਜਾਣ ਸਾਰੇ ਇਹਨਾਂ ਦੀ ਪੈ ਗਈ ਬਸ, ਪੁਲਿਸ ਵਾਲਿਆਂ ਦੀ ਐਂਬੂਲੈਂਸ ਸੀਗੀ, ਸੀ ਐਂਬੂਲੈਂਸ 'ਚ ਇਹਨਾਂ ਨੂੰ ਲੱਦਿਆ, ਅਸੀਂ ਗੱਡੀ 'ਚੋਂ ਆਪਦੇ ਮਤਲਬ ਵੇਖਿਆ ਅਤੇ ਗੱਡੀ ਵੇਖਾ ਚੁੱਕਣਾ ਚੂਰ ਹੋ ਗਈ ਸੀ, ਅਤੇ ਅਸੀਂ ਇਹਨਾਂ ਨੂੰ ਲੈ ਕੇ ਅਤੇ ਭੱਜ ਕੇ ਆ ਗਏ। ਇਹ ਅੰਮ੍ਰਿਤਸਰ ਬਟਾਲਾ ਨਾ ਜੀ, ਅੰਮ੍ਰਿਤਸਰ ਬਟਾਲਾ ਚੱਲੇ। ਗੱਲ ਕੀ ਹੋਈ ਸੀ ਜੀ, ਮੈਂ ਦਾਦੀ ਸਾਈਡ 'ਤੇ ਜਾ ਰਿਹਾ ਸੀਗਾ ਅਤੇ ਕਰੋਸ ਕਰੀਆ, ਮੈਂ ਦਾਦੀ ਸਾਈਡ 'ਤੇ ਸੀਗਾ, ਜੋ ਟਰਾਲਾ ਖੜਾ ਸੀ ਉਹਨਾਂ ਨੇ ਓਵਰਟੇਕ ਕੀਤਾ, ਓਵਰਟੇਕ ਕਰਕੇ ਬਸ ਲਿਆ ਕੇ ਮੇਰੇ ਸਾਹਮਣੇ ਕੀਤੀ। ਗੱਡੀ ਦਾ ਕੋਈ ਪਤਾ ਨਹੀਂ ਲੱਗਿਆ ਜੀ ਕਿਹੜੀ ਸੀ। ਮੈਂ ਬੋਰ ਤੋਂ ਕਿੰਨੂ ਭਰਿਆ ਸੀ ਅਤੇ ਆਪਣਾ ਅੰਮ੍ਰਿਤਸਰ ਅਤੇ ਬਟਾਲਾ ਜਾ ਰਿਹਾ ਸੀ ਕਿੰਨੂ ਭਰ ਕੇ। ਟਾਈਮ ਹੋਏਗਾ ਕੋਈ 12:45 ਦਾ, ਉਹ ਅੱਗੋਂ ਲਾਈਟਾਂ ਸੀਗੀਆਂ ਪਤਾ ਹੀ ਨਹੀਂ ਚੱਲਿਆ, ਉਦੋਂ ਮੇਰੇ ਤਾਂ ਹੋਸ਼ ਹੀ ਉੱਡ ਗਏ ਜਦੋਂ ਵੱਜੀ ਆ, ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ। ਅਸੀਂ ਇੱਥੇ ਪਿੰਡ ਸਲੇਬ ਸ਼ਾਹ ਫਾਜ਼ਿਲਕਾ ਦੇ ਰਹਿਣ ਵਾਲੇ ਹਾਂ, ਮੇਰੇ ਕੋਲ ਕੈਂਟਰ ਸੀਗਾ। ਸਾਡੇ ਕੋਲ ਫੋਨ 'ਤੇ ਥਾਣੇ ਸਦਰ ਫਾਜ਼ਿਲਕਾ ਤਲਾਬ ਮਸੂਲ ਹੋਈ ਸੀ, ਫਾਜ਼ਿਲਕਾ ਫਿਰੋਜ਼ਪੁਰ ਜੀ ਡੀ ਰੋਡ 'ਤੇ ਲਾਲੋਵਾਲ ਦੇ ਨਜ਼ਦੀਕ ਇੱਕ ਟੈਂਪੂ ਦੇ ਕਾਰ ਦਾ ਐਕਸੀਡੈਂਟ ਹੋਇਆ, ਜੋ ਉੱਥੇ ਲੋਕਾਂ ਨੇ ਅਤੇ ਸੜਕ ਨਾਲ ਕੱਢ ਕੇ ਅਤੇ ਉੱਥੇ ਜਿਹੜੇ ਜ਼ਖਮੀ ਸਨ ਸਿਵਲ ਹਸਪਤਾਲ ਲਿਆਂਦਾ, ਜਿਹੜੀ ਡੈਡ ਬੈਡ ਜਾਂ ਸਿਵਲ ਹਸਪਤਾਲ ਖਾਤੀਆਂ ਸਰ। ਉਹਦੇ 'ਚੋਂ ਮਤਲਬ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਅਤੇ ਜਿਹੜਾ ਟੈਂਪੂ ਵਾਲੇ ਸੀ ਉਹਦੇ ਵੀ ਸੱਟਾਂ ਲੱਗੀਆਂ ਅਤੇ ਕਾਰ ਵਾਲੇ 'ਚੋਂ ਮਤਲਬ ਵੀ ਜਿਹੜੇ ਦੋ ਦੇ ਨਾਲ ਹੋਰ ਸੀ ਇੱਕ ਬੰਦਾ ਉਹਦੇ ਸੱਟਾਂ ਲੱਗੀ ਹੈ ਜੀ। ਇਹ ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ 'ਤੇ ਲਾਲੋ ਵਾਲੀ ਪਿੰਡ ਦੇ ਕੋਲ ਆ। ਸੁਬਹਾ ਆਪਣੇ ਆਪ ਸੁਬਹਾ ਕੋਈ ਦੂਜਾ ਟਰੱਕ ਵਾਲਾ ਸੀ, ਉਹ ਆਪਣੇ ਆਪ ਕੋਈ ਅੱਗੇ ਜਾਨਵਰ ਆ ਗਿਆ ਸੀ, ਉਹਨੂੰ ਬਚਾਉਂਦੇ ਦਰਖਤ ਦੇ ਵਿੱਚ ਵੱਜਿਆ ਸੀ, ਆਪਣੇ ਉਹ ਟਰੱਕ ਪਲਟ ਗਿਆ, ਉਹਦੇ ਵਿੱਚ ਉਹਦੀ ਵੀ ਡੈਥ ਹੋ ਗਈ ਸੀ। ਹੁਣ ਜਿਹੜੇ ਕਾਰ ਵਾਲੇ ਸੀ ਉਹਨਾਂ ਵਿੱਚੋਂ ਦੋ ਬੰਦਿਆਂ ਦੀ ਡੈਥ ਹੋਈ ਹੈ, ਇੱਕ ਕਾਰ ਵਾਲੇ ਦੇ ਵਜੇ ਤੱਕ ਸੱਟ ਲੱਗੀ ਹੈ, ਕਿਹੜਾ ਜਿਹਦੇ ਟੈਂਪੂ ਦੇ ਵਿੱਚ ਵੱਜੀ ਕਾਰ ਉਹਦੇ ਵੀ, ਟੈਂਪੂ ਵਾਲੇ ਦੇ ਵੀ ਇੱਕ ਡਰਾਈਵਰ ਦੀ ਸੱਟਾਂ ਕਾਫੀ ਸੱਟਾਂ ਲੱਗੀ ਉਹਦੀ ਵੀ। ਜਿਹੜਾ ਟੈਂਪੂ ਵਾਲੇ ਦਾ ਪਤਾ ਲੱਗਿਆ ਇੱਥੋਂ ਵੀ ਬਹੁਤ ਕਿਹਨੂੰ ਵਰ ਗਿਆ, ਅੰਮ੍ਰਿਤਸਰ ਜਾ ਰਿਹਾ ਸੀ। ਬਾਕੀ ਕਾਰ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੈਗੀ, ਬਾਕੀ ਉਹਨਾਂ ਆਈਡੈਂਟੀਫਿਕੇਸ਼ਨ ਉਹਨਾਂ ਦੀ ਹੋ ਗਈ। ਉਹ ਵੱਖ ਵੱਖ ਇੱਕ ਹੈਗਾ ਦੂਜਾ ਜੰਡਲ ਭੀਮੇ ਸ਼ਾਹ ਦਾ ਇੱਕ ਡਾਬਾ ਦੀ ਕਲਾਂ ਦਾ, ਜਿਨ੍ਹਾਂ ਦੀ ਡੈਥ ਹੈਗੀ ਹੈਗਾ ਉਹਨਾਂ 'ਚ ਜਸਕਰਨ ਸਿੰਘ ਜੰਡਲ ਭੀਮੇ ਸ਼ਾਹ ਦਾ ਅਤੇ ਇੱਕ ਝੋਟੇ ਵਾਲੀ ਦਾ ਹੈਗਾ ਮੋਹਨ ਲਾਲ।
ਜਿਹੜਾ ਜਸਕਰਨ ਸਿੰਘ ਉਹਦੀ ਹੈ ਕਰੀਬ 19 ਹੈਗੀ, ਮੋਹਨ ਲਾਲ ਦੀ ਹੈਗੀ ਕਰੀਬ 25-26 ਸਾਲ ਹੈ। ਸਾਡੇ ਵੱਲੋਂ ਜੋ ਵੀ ਵਾਰਸ ਬਿਆਨ ਲਿਖਾਣਗੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਇਹ ਕਰੀਬ 12:45 ਵਜੇ ਦੀ ਗੱਲ।